अच्छा एक बंदा ते ओदे तीन पुत्र ते ओ बंदा जड़ा ना ओ तकरीबन थोड़ी जी नाना मतलब वडेरी उम्र च हो गया ते ओदी औलाद जड़े पुत्र हे ओ त्रैवे जवान हे त्रैवे गभरू हे। ओ एक दिन ना मंजे ते लम्मा पिया होवे ते ओ अपने ना पुत्रां नू आवाज देंदा है ते ओ त्रैवे पुत्र जिस वे अपने प्यो दे कोले आंदे ने ते ओ कहंदा वा गल इंजे मैं ना अज तुहाडी इक अकल दा इम्तिहान लैणा है ਤੁਸੀਂ ਇਸ ਗੱਲ ਵਾਸਤੇ ਤਿਆਰ ਹੋ। ਉਹਨਾਂ ਨੇ ਆਖਿਆ ਆਪਾਂ ਲੰਮਿਆਂ ਪਿਆ ਪਿਆ ਤੁਹਾਨੂੰ ਬੜੀਆਂ ਗੱਲਾਂ ਸੋਚਾਂ ਆਉਂਦੀਆਂ ਨੇ ਅਤੇ ਤੂੰ ਕਾਰ ਜਿਹੜੀ ਕਰਨਾ ਸਾਡੇ ਅਕਲ ਜਿਹੜੀ ਆਈ ਉਹਦਾ ਜਵਾਬ ਦਿਆਂ ਦੇ। ਉਹਨੇ ਆਖਿਆ ਜਵਾਬ ਇਸ ਤਰ੍ਹਾਂ ਨਹੀਂ ਦੇਣਾ। ਇਹ ਗੱਲ ਇਹ ਕਿ ਉਹਨੇ ਆਖਿਆ ਵਾ ਇਹ ਤ੍ਰੈ ਸੇਬ ਨੇ ਮੇਰੇ ਕੋਲ ਇਹ ਤੁਹਾਨੂੰ ਮੈਂ ਤੁਹਾਨੂੰ ਇੱਕ ਇੱਕ ਦੇਣਾ ਅਤੇ ਜਿਹੜਾ ਤੁਹਾਡੇ 'ਚੋਂ ਕਿਸੇ ਐਸੀ ਜਗ੍ਹਾ 'ਤੇ ਖਲੋ ਕੇ ਖਾਇਆ ਨਾ ਕਿ ਇਹਨੂੰ ਕਿਸੇ ਨੇ ਸੇਬ ਖਾਂਦਿਆਂ ਨਾ ਵੇਖਿਆ ਹੋਇਆ ਉਸ ਨੂੰ ਮੈਂ ਬੜਾ ਵੱਡਾ ਇਨਾਮ ਦਿਆਂਗਾ। ਉਹ ਪੁੱਤਰ ਇਸ ਗੱਲ ਦੇ ਤੂੰ ਖੁਸ਼ ਹੋ ਗਿਆ। ਉਹਨਾਂ ਨੇ ਆਖਿਆ ਚੱਲ ਨਾਲੇ ਸੇਬ ਖਾਣ ਨੂੰ ਲੱਭਦਾ ਪਿਆ ਨਾਲੇ ਸੇਬ ਇਹ ਕਿਹੜਾ ਐਡਾ ਕੰਮ ਹੈ ਵੀ ਜਿਹੜਾ ਕੋਈ ਵੇਖੇ ਨਾ ਅਤੇ ਸੇਬ ਖਾਣਾ ਅਤੇ ਸੇਬ ਵੀ ਖਾਂਦੇ ਹਾਂ ਅਤੇ ਇਨਾਮ ਵੀ ਲੈਂਦੇ ਹਾਂ। ਉਹਨੇ ਨਾ ਤਰਵਾਂ ਪੁੱਤਰਾਂ ਨੂੰ ਇੱਕ ਇੱਕ ਸੇਬ ਦਿੱਤਾ। ਉਹਨੇ ਆਖਿਆ ਲਓ ਜੀ ਆ ਖਾ ਕੇ ਨਾ ਅਤੇ ਆ ਕੇ ਮੈਨੂੰ ਦੱਸਣਾ ਤੁਸੀਂ ਵਾ ਕਿਸ ਤਰ੍ਹਾਂ ਦਾ ਤੁਸੀਂ ਖਾਧਾ। ਇੱਕ ਦਿਨ ਗੁਜ਼ਰਿਆ ਇੱਕ ਦਿਨ ਉਹਨੇ ਟਾਈਮ ਦਿੱਤਾ ਅਗਲੇ ਦਿਨ ਉਹਨੇ ਬੁਲਾ ਲਿਆ। ਉਹਨੇ ਆਖਿਆ ਹਾਂਜੀ ਦੱਸੋ ਹਾਲਾ ਕੱਲ੍ਹ ਸੇਬ ਕਿਤੇ ਕਿਸ ਤਰ੍ਹਾਂ ਖਾਧੇ ਜੇ। ਸਾਰਿਆਂ ਤੋਂ ਪਹਿਲੇ ਵੱਡਾ ਬੋਲਿਆ ਉਹਨੇ ਆਖਿਆ ਜੀ ਕਿ ਮੈਂ ਗਿਆ ਸੇਬ ਲਿਆ ਅਤੇ ਪਿੰਡੋਂ ਬਾਹਰ ਗਿਆ ਅਤੇ ਇੱਕ ਬੜਾ ਵੱਡਾ ਜਿਹਾ ਰੁੱਖ ਹੈ ਲੋਕ ਦੇ ਫਲਾਣੀ ਸਾਈਡ 'ਤੇ ਅਤੇ ਮੈਂ ਉਸ ਰੁੱਖ ਦੇ ਨਾਲ ਬਹਿ ਕੇ ਅਤੇ ਚੋਂ ਪਾਸੀ ਧਿਆਨ ਮਾਰ ਕੇ ਵੇਖਿਆ ਉਹ ਝਾੜੀਆਂ ਵਿੱਚ ਉਹਦੇ ਸਾਈਡਾਂ 'ਤੇ ਵੀ ਰੁੱਖ ਹੈ ਨੇ। ਮੈਂ ਚੰਗੀ ਤਰ੍ਹਾਂ ਧਿਆਨ ਮਾਰਿਆ ਮੈਨੂੰ ਕੋਈ ਬੰਦਾ ਨਹੀਂ ਉਸੇ ਵੇਖਦਾ ਪਿਆ ਜਿਸ ਮੈਂ ਮੈਨੂੰ ਕੋਈ ਵੀ ਨਹੀਂ ਸੋ ਵੇਖ ਰਿਹਾ ਸੀ ਜਿਸ ਮੈਂ ਸੇਬ ਖਾਧਾ। ਉਹ ਬੰਦਾ ਕਹਿੰਦਾ ਆਪਣੇ ਉਹਦੇ ਤੋਂ ਨਿੱਕਾ ਜਿਹੜਾ ਪੁੱਤਰ ਹੁੰਦਾ ਦਰਮਿਆਨਾ ਉਹਨੂੰ ਪੁੱਛਦਾ ਹਾਂ ਬਾਈ ਤੂੰ ਕਿਸ ਤਰ੍ਹਾਂ ਖਾਧਾ। ਉਹਨੇ ਆਖਿਆ ਜੀ ਕਿ ਅੱਬਾ ਜੀ ਮੈਂ ਇਸ ਤਰ੍ਹਾਂ ਕੀਤਾ ਵਾ ਮੈਂ ਸੇਬ ਲਿਆ ਨਾ ਤੁਹਾਡੇ ਕੋਲੋਂ ਅਤੇ ਮੈਂ ਅੰਦਰ ਵੜ ਗਿਆ ਅੰਦਰ ਵੜ ਕੇ ਬੂਹਾ ਦਿੱਤਾ ਅਤੇ ਬੂਹਾ ਦੇ ਕੇ ਨਾ ਤਾਂ ਮੈਂ ਬੱਤੀਆਂ ਬੰਦ ਜਾ ਕੀਤੀਆਂ ਨੇ ਅਤੇ ਮੈਂ ਇਹ ਧਿਆਨ ਮਾਰਿਆ ਕਿ ਮੈਂ ਹੁਣ ਨਾ ਇਸ ਕਮਰੇ 'ਚ ਕੋਈ ਬੰਦਾ ਬੈਠਿਆ ਹੋਵੇ ਨਾ ਤਾਂ ਉਹ ਮੈਨੂੰ ਵੇਖ ਨਹੀਂ ਸੀ ਸਕਦਾ ਇੰਨਾ ਕੁ ਹਨੇਰਾ ਮੈਂ ਕੀਤਾ ਅੰਦਰ ਅਤੇ ਮੈਂ ਅੰਦਰ ਵੜ ਕੇ ਖਾਧਾ ਮੈਨੂੰ ਕਿਸੇ ਵੀ ਨਹੀਂ ਵੇਖਿਆ। ਖੈਰ ਜਿਹੜਾ ਸਾਰਿਆਂ ਤੋਂ ਨਿੱਕਾ ਪੁੱਤਰ ਹੈ ਨਾ ਉਸ ਬੰਦੇ ਦਾ ਉਹਦੇ ਕੋਲ ਪੁੱਛਦਾ ਹਾਂ ਬਾਈ ਤੂੰ ਕਿਸ ਤਰ੍ਹਾਂ ਖਾਧਾ। ਉਹ ਕਹਿੰਦਾ ਜੀ ਕਿ ਅੱਬਾ ਜੀ ਇਹ ਸੇਬ ਮੇਰੇ ਹੱਥ ਵਿੱਚ ਹੈ ਮੈਂ ਤਾਂ ਨਹੀਂ ਖਾ ਸਕਿਆ ਮੈਂ ਤਾਂ ਕੱਲ੍ਹ ਦਾ ਨਾ ਸਾਰਾ ਦਿਨ ਪਾਉਂਦਾ ਰਿਹਾ ਸਾਰਾ ਛਾਣ ਪੀਣ ਕੀਤੀ ਹੈ ਵੀ ਕਿਹੜੀ ਜਗ੍ਹਾ ਹੋਵੇ ਜਿੱਥੇ ਮੈਂ ਖਲੋ ਕੇ ਖਾਵਾਂ ਸੇਬ ਜਾਂ ਬਹਿ ਕੇ ਖਾਵਾਂ ਇਹ ਸੇਬ ਮੈਂ ਖਾਵਾਂ ਅਤੇ ਮੈਨੂੰ ਕੋਈ ਵੇਖ ਨਾ ਰਿਹਾ ਅਤੇ ਲਿਹਾਜ਼ਾ ਮੈਂ ਤਾਂ ਇਹ ਸੇਬ ਨਹੀਂ ਖਾ ਸਕਿਆ ਤੁਸੀਂ ਇਹ ਆਪਣਾ ਸੇਬ ਲੈ ਲਓ ਮੇਰੇ ਕੋਲ। ਉਹਨੇ ਆਖਿਆ ਵਾ ਕਿਉਂ ਨਹੀਂ ਤੂੰ ਖਾ ਸਕਿਆ ਕੀ ਵਜ੍ਹਾ। ਉਹਨੇ ਆਖਿਆ ਜੀ ਕਿ ਮੈਂ ਜਿੱਥੇ ਵੀ ਗਿਆ ਜਿੱਥੇ ਵੀ ਧਿਆਨ ਮਾਰਿਆ ਜਿੱਥੇ ਵੀ ਜਾ ਕੇ ਖੜਾਂ ਉੱਥੇ ਮੈਨੂੰ ਇਸ ਗੱਲ ਦਾ ਪੱਕਾ ਯਕੀਨ ਆ ਮੇਰਾ ਇਮਾਨ ਸੀ ਕਿ ਰੱਬ ਸੋਹਣਾ ਮੈਨੂੰ ਵੇਖਦਾ ਪਿਆ ਮੈਂ ਜਿੱਥੇ ਵੀ ਹਾਂ ਮੈਂ ਅੰਦਰ ਵੀ ਵੜ ਕੇ ਵੇਖਿਆ ਉੱਥੇ ਮੇਰਾ ਰੱਬ ਸੋਹਣਾ ਮੈਨੂੰ ਵੇਖਦਾ ਸੀ ਪਿਆ ਅਗਰ ਮੈਂ ਜੰਗਲ 'ਚ ਵੜਿਆ ਤਾਂ ਉੱਥੇ ਰੱਬ ਸੋਹਣਾ ਮੈਨੂੰ ਵੇਖਦਾ ਸੀ ਪਿਆ ਅਗਰ ਮੈਂ ਮੰਜੇ 'ਤੇ ਲੰਮਿਆਂ ਪਿਆ ਉਹਦੇ ਉੱਤੇ ਰਜ਼ਾਈ ਮੈਂ ਲਈ ਹੈ ਲੰਮਿਆਂ ਪੈ ਕੇ ਉੱਥੇ ਵੀ ਮਹਿਸੂਸ ਕੀਤਾ ਮੇਰਾ ਰੱਬ ਮੈਨੂੰ ਵੇਖ ਰਿਹਾ। ਉਹਦੇ ਉਹ ਬੰਦਾ ਕਹਿੰਦਾ ਮੈਂ ਇਹ ਹੀ ਗੱਲ ਪੁੱਤਰ ਤੁਹਾਨੂੰ ਸਮਝਾਉਣੀ ਚਾਹ ਰਿਹਾ ਸੀ ਇਸੇ ਗੱਲ ਤੋਂ ਤੁਹਾਨੂੰ ਸੇਬ ਦਿੱਤੇ ਹੈ। ਉਹ ਬੰਦਾ ਕਹਿੰਦਾ ਕਿ ਮੈਂ ਇਸੇ ਗੱਲੇ ਤੁਹਾਨੂੰ ਇਹ ਅੰਬ ਦਿੱਤਾ ਸੇਬ ਦਿੱਤੇ ਹੈ ਕਿ ਤਾਂ ਕਿ ਤੁਸੀਂ ਤੁਹਾਡਾ ਇਸ ਗੱਲ ਦਾ ਅੰਦਾਜ਼ਾ ਹੋ ਸਕੇ ਮੈਨੂੰ ਕਿ ਵਾ ਤੁਹਾਡੇ ਵਿੱਚ ਕਿੱਥੋਂ ਤਕੜੇ ਮਾਨ ਹੈ ਅਤੇ ਕਿੱਥੋਂ ਤੱਕ ਤੁਹਾਡਾ ਯਕੀਨ ਹੈ ਇਸ ਗੱਲ 'ਤੇ ਕਿ ਅਸੀਂ ਜੋ ਵੀ ਕਰੀਏ ਸਾਨੂੰ ਕੋਈ ਨਹੀਂ ਵੇਖ ਰਿਹਾ ਅਤੇ ਤੁਹਾਡਿਆਂ ਵੱਡਿਆਂ ਦੋਵਾਂ ਨਾਲੋਂ ਇਹ ਜਿਹੜਾ ਇਹਦਾ ਅਕਲ ਜਿਹੜਾ ਇਹ ਕੰਮ ਕਰ ਗਿਆ ਇਹਨੇ ਸੇਬ ਨਹੀਂ ਖਾਧਾ ਅਤੇ ਲਿਹਾਜ਼ਾ ਜਿਹੜਾ ਮੈਂ ਇਨਾਮ ਰੱਖਿਆ ਸੀ ਤੁਹਾਡੇ ਵਾਸਤੇ ਉਹ ਮੈਂ ਇਸ ਦਾ ਆਪਣੇ ਨਿੱਕੇ ਪੁੱਤਰ ਨੂੰ ਇਨਾਮ ਦੇਣਾ ਅਤੇ ਤੁਹਾਡੇ ਵਾਸਤੇ ਵੀ ਸਬਕ ਹੈ ਜਿੱਥੇ ਵੀ ਹੋਵੋ ਜੋ ਵੀ ਕਰੋ ਇਹ ਸੋਚ ਲਓ ਇਹ ਯਾਦ ਰੱਖੋ ਖਾਸ ਕਰਕੇ ਗੁਨਾਹ ਕਰਨ ਲੱਗਿਆਂ ਕਿ ਸਾਡਾ ਰੱਬ ਸੋਹਣਾ ਸਾਨੂੰ ਵੇਖ ਰਿਹਾ ਅਤੇ ਕੱਲ੍ਹ ਨੂੰ ਅਸੀਂ ਉਹਦੇ ਹਜ਼ੂਰ ਪੇਸ਼ ਹੋਣਾ ਅਤੇ ਬਿਹਤਰ ਹੀ ਹੈ ਅਸੀਂ ਉਹ ਕਰੀਏ ਜਿਹਦੇ 'ਚ ਕਰਦਿਆਂ ਸਾਨੂੰ ਸ਼ਰਮਿੰਦਗੀ ਵੀ ਨਾ ਹੋਵੇ ਅਤੇ ਉਹ ਸੋਹਣਾ ਵੇਖ ਕੇ ਅਤੇ ਸਾਡੇ 'ਤੇ ਨਾ ਖੁਸ਼ ਹੋਵੇ ਕਿ ਮੇਰਾ ਬੰਦਾ ਕਿਵੇਂ ਨੇਕੀ ਦੇ ਕੰਮ ਪਿਆ ਕਰਦਾ। ਅੱਲਾ ਸੋਹਣਾ ਸਾਡੀ ਦੁਨੀਆ ਔਰ ਆਖਰਤ ਦੋਵੇਂ ਅੱਛੀਆਂ ਕਰੇ। ਆਮੀਨ ਸੁਮਾ ਆਮੀਨ।